ਰੱਸੀ ਦੇ ਨਾਲ ਹੱਥ ਬੰਨ ਕੇ ਜਿਸ ਸ਼ਖਸ ਨੂੰ ਇਹ ਲੋਕ ਘੇਰਾ ਪਾਈ ਖੜੇ ਨੇ, ਇਹ ਦਰਅਸਲ ਇੱਕ ਸ਼ਾਤਰ ਚੋਰ ਹੈ ਜੋ ਰੋਜ਼ਾਨਾ ਹੀ ਇੱਥੇ ਇੱਕ ਫਲੈਕਸ ਬੋਰਡ ਦੇ ਫਰੇਮ ਚੋਰੀ ਕਰਦਾ ਸੀ। ਦੁਕਾਨਦਾਰ ਵੀ ਪਰੇਸ਼ਾਨ ਸੀ ਕਿ ਆਖਿਰ ਉਸਦੇ ਰੋਜ਼ ਦੇ ਰੋਜ਼ ਫਰੇਮ ਜਾ ਕਿੱਥੇ ਰਹੇ ਨੇ, ਗਾਇਬ ਕਿੱਥੇ ਹੋ ਰਹੇ ਨੇ। ਤਾਂ ਹੁਣ ਇਹ ਖੁਲਾਸਾ ਹੋ ਗਿਆ ਹੈ ਕਿ ਇੱਕ ਚੋਰ ਦੇ ਵੱਲੋਂ ਰੋਜ਼ ਹੀ ਇਸ ਫਲੈਕਸ ਬੋਰਡ ਦੇ ਫਰੇਮ ਚੋਰੀ ਕੀਤੇ ਜਾ ਰਹੇ ਸੀ, ਜਿਸ ਨੂੰ ਇਹਨਾਂ ਦੁਕਾਨਦਾਰ ਦੇ ਨਾਲ ਨਾਲ ਲੋਕਾਂ ਨੇ ਵੀ ਰੰਗੇ ਹੱਥੀ ਫੜਿਆ। ਇਸ ਚੋਰ ਨੇ ਲੋਕਾਂ ਦੀਆਂ ਖੂਬ ਦੌੜਾਂ ਲਵਾਈਆਂ, ਕਿਉਂਕਿ ਜਦੋਂ ਦੁਕਾਨਦਾਰ ਨੇ ਦੇਖਿਆ ਕਿ ਇਹ ਚੋਰੀ ਕਰਨ ਆਇਆ ਤੇ ਉੱਥੋਂ ਭੱਜ ਗਿਆ। ਕਈ ਕਿਲੋਮੀਟਰ ਤੱਕ ਇਸ ਦਾ ਪਿੱਛਾ ਕਰਕੇ ਤੇ ਫਿਰ ਉਸ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕਰਕੇ ਇਸ ਦੇ ਹੱਥ ਬੰਨ ਕੇ ਫਿਰ ਪੁਲਿਸ ਨੂੰ ਬੁਲਾਇਆ ਗਿਆ ਤੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਦੇ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਕਰਿੰਦੇ ਦੇ ਨਾਲ ਹੀ ਇਹ ਚੋਰ ਜਿਹੜਾ ਹੈ ਆਉਂਦਾ ਸੀ ਤੇ ਅਕਸਰ ਹੀ ਦੇਖਦਾ ਸੀ ਕੰਮ ਕਰਦਿਆਂ ਨੂੰ, ਪਰ ਇਹ ਜ਼ਰਾ ਵੀ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਇਹੀ ਚੋਰ ਹੋਏਗਾ। ਜਦੋਂ ਚੋਰ ਨੂੰ ਫੜਿਆ ਤਾਂ ਦੁਕਾਨਦਾਰ ਦੇ ਵੀ ਹੋਸ਼ ਉੱਡ ਗਏ ਸਨ, ਕਿਉਂਕਿ ਉਹ ਚੋਰ ਨੂੰ ਪਹਿਚਾਨ ਗਿਆ ਸੀ। ਇਹ ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ ਫਲੈਕਸ ਬੋਰਡ ਬਣਾਉਣ ਵਾਲੀ ਦੁਕਾਨ ਤੋਂ ਫਰੇਮ ਚੋਰੀ ਹੋ ਰਹੇ ਸਨ। ਦੁਕਾਨਦਾਰ ਦਾ ਕਹਿਣਾ ਸੀ ਕਿ ਉਸਦੇ ਘਰ ਦੇ ਬਾਹਰ ਵੀ ਅਕਸਰ ਫਰੇਮ ਪਏ ਰਹਿੰਦੇ ਸਨ, ਪਰ ਇੱਕ ਇੱਕ ਕਰਕੇ ਉਹ ਗਾਇਬ ਹੋਣੇ ਸ਼ੁਰੂ ਹੋ ਗਏ। ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਚੋਰੀ ਹੋ ਰਹੇ ਨੇ। ਤਾਂ ਫਿਰ ਆਖਿਰਕਾਰ ਇੱਕ ਦਿਨ ਦੁਕਾਨਦਾਰ ਨੇ ਇਸ ਚੋਰ ਨੂੰ ਰੰਗੇ ਹੱਥੀ ਫੜਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਚੋਰ ਪਹਿਲਾਂ ਤਾਂ ਭੱਜ ਗਿਆ ਪਰ ਕਈ ਕਿਲੋਮੀਟਰ ਤੱਕ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ। ਉਧਰ ਪੁਲਿਸ ਦੇ ਵੱਲੋਂ ਵੀ ਚੋਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਚੋਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਮੁੜ ਤੋਂ ਚੋਰੀ ਨਾ ਕਰੇ। ਇਹ ਹੈਗਾ ਭਾਜੀ ਗੋਬਿੰਦ ਨਗਰ 3 ਨੰਬਰ ਗਲੀ ਰਾਮ ਸ਼ਰਨਮ ਇਨਕਲੇਵ ਦੇ ਵਿੱਚ ਪੈਂਦਾ ਜੀ। ਅੱਜ ਕਿੱਥੇ ਚੋਰ ਫੜਿਆ, ਕੀ ਚੋਰੀ ਕਰਦਾ ਸਰ? ਇਹ ਸੀਗੇ ਦੋ ਚੋਰ, ਇਹਨਾਂ ਨੂੰ ਆਪਾਂ 1.5 ਕਿਲੋਮੀਟਰ ਤੋਂ ਦੂਰੀ ਤੋਂ ਫੜਿਆ ਜੀ। ਇਹਨਾਂ ਦੇ ਫਰੇਮ ਸਾਡੇ ਮੇਰੇ ਇੱਥੇ 40-45 ਫਰੇਮ ਪਏ ਸੀਗੇ। ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਘਟਦੇ ਜਾਂਦੇ ਸੀਗੇ। ਕੱਲ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮਹੱਲੇ 'ਚੋਂ ਹੀ, ਉਹ ਵੀ ਬੰਦੇ ਨਹੀਂ ਫੜ ਹੋਏ, ਇਹੀ ਬੰਦੇ ਸੀਗੇ। ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆਂ ਕੋਲ, ਪਲੱਸ ਮੇਰੇ ਫਰੇਮ ਸਰ। ਅੱਜ ਮੈਂ ਮਤਲਬ ਮੌਕੇ 'ਤੇ ਬੰਦਾ ਫੜਿਆ, ਇੱਕ ਬੰਦਾ ਦੌੜ ਗਿਆ, ਜੀਤਾ ਜੀਤਾ ਨਾਮ ਦਾ ਬੰਦਾ ਦੱਸਦੇ ਆ ਰਵਿਦਾਸ ਨਗਰ ਦਾ, ਇੱਕ ਕਾਲਾ ਬੰਦਾ ਫੜ ਲਿਆ ਆ, ਇਹ ਵੀ ਫਰੇਮ ਮਤਲਬ ਕਹਿ ਲਓ ਚੋਰੀ ਕਰਦੇ। ਦੂਜਾ ਬੰਦਾ ਦੌੜ ਗਿਆ ਜੀ ਮੋਟਰਸਾਈਕਲ ਤੋਂ, ਇਹ ਡਿੱਗ ਗਿਆ ਸੀਗਾ, ਇਹਨੂੰ ਮੌਕੇ 'ਤੇ ਰੰਗੀ ਹੱਥੀ ਫੜਿਆ ਜੀ। ਕਿਸ ਚੀਜ਼ ਦਾ ਫਰੇਮ ਸਰ? ਇਹ ਸਰ ਫਲੈਕਸਾ ਫਲੁਕਸਾ ਦਾ ਕੰਮ ਆ ਮੇਰਾ, ਜਿੱਦਾਂ ਹੋਲਡਿੰਗ ਵਗੈਰਾ ਲੱਗਦੀਆਂ ਉਹਨਾਂ ਦਾ ਬੋਰਡ ਬੋਰਡ ਦਾ ਕੰਮ ਆ। ਸਰ ਪਹਿਲਾਂ ਵੀ ਤੁਹਾਡੇ ਸਰ ਅੱਗੇ ਇਹ ਨਹੀਂ ਬੰਦੇ ਸੀ, ਉਹ ਹੋਰ ਬੰਦੇ ਸੀ, ਉਹ ਦੌੜ ਗਏ ਸੀਗੇ। ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋਲ। ਕਿੰਨਾ ਨੁਕਸਾਨ ਹੋਇਆ ਸਰ? ਨੁਕਸਾਨ ਮੇਰਾ 25,000-30,000 ਦੇ ਫਰੇਮ ਇੱਥੋਂ ਗੈਪ ਆ, ਹੁਣ ਇਹ ਦੋ ਫਰੇਮ ਸਿਰਫ ਮੌਕੇ 'ਤੇ ਆਪਾਂ ਫੜੇ ਆ ਜੀ। ਸਰ ਪ੍ਰਸ਼ਾਸਨ ਨੂੰ ਇਹੀ ਮੰਗ ਹੈ, ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ, ਇਹਨਾਂ ਨੂੰ ਠੱਲ ਪਾਈ ਜਾਵੇ। ਉਹ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਜਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ, ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਹਾ ਸੀਗਾ। ਮੌਕੇ ਤੇ ਇੱਕ ਬੰਦਾ ਫੜ ਲਿਆ, ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ। ਜਦ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਤਾਂ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ, ਬੰਦਾ ਅਸੀਂ ਕਾਬੂ ਕਰ ਲਿਆ। ਸੁਰਜੀਤ ਸਿੰਘ ਇਹਦਾ ਨਾਂ ਆ ਤੇ ਰਹਿਣ ਵਾਲਾ ਹੈਗਾ ਇਹ ਰਵਿਦਾਸ ਨਗਰ ਦਾ। ਮੇ ਬੀ ਹੋ ਸਕਦਾ ਇਹਨੇ ਹੋਰ ਵੀ ਚੋਰੀਆਂ ਕੀਤੀਆਂ ਹੋਣ, ਆਪਾਂ ਥਾਣੇ ਲੈ ਕੇ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਹਾਂ। ਇਹਦਾ ਲਿੰਕ ਦੇਖਦੇ ਵੀ ਇਹਦਾ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਂ ਲੈ ਰਿਹਾ, ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿੱਟੀ ਦੇਣੇ ਤੇ ਜੋ ਕਾਨੂੰਨ ਮੁਤਾਬਕ ਇਹਨਾਂ ਤੇ ਕਾਰਵਾਈ ਬਣਦੀ ਉਹ ਕਰਾਂਗੇ। ਕਿਦਾਂ ਦੇਖਦੇ ਹੋ ਕਿ ਦਿਨ ਦਿਹਾੜੇ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ? ਹਾਂਜੀ, ਹੌਸਲੇ ਬੁਲੰਦ ਨੇ ਹੌਸਲੇ ਸਰ ਇਸ ਤਰ੍ਹਾਂ ਦੇਖੋ, ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਹੈ, ਇਹ ਜੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਇਹ ਪੂਰਤੀ ਕਰਦੇ ਆ, ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ। ਬਾਕੀ ਗਰਮੀ ਦਾ ਮੌਸਮ ਹੋਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ, ਲੋਕ ਬਾਹਰ ਨਹੀਂ ਨਿਕਲਦੇ, ਉਸ ਚੀਜ਼ ਦਾ ਫਾਇਦਾ ਲੈਂਦੇ ਆ। ਅਤੇ ਕੋਈ ਨਹੀਂ, ਹੁਣ ਫੜਿਆ ਗਿਆ, ਇਹ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ
ਕਰਦੇ ਹਾਂ। ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਪਲੀਜ਼ ਬਾਹਰ ਨਿਕਲ ਕੇ ਵੀ ਥੋੜ੍ਹਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ, ਘੁੰਮ ਕੇ ਦੇਖਿਆ ਕਰੋ। ਇਹੋ ਜਿਹਾ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇੰਚਾਰਜ PCR ਨੂੰ ਦਿਓ, ਕੰਟਰੋਲ ਰੂਮ 'ਤੇ ਦਿਓ, ਤਾਂ ਜੋ ਆਪਾਂ ਇਹਨਾਂ 'ਤੇ ਜੋ ਫੜ ਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਇਹਨਾਂ 'ਤੇ ਕਰ ਸਕੀਏ।